सत श्री अकाल, नमस्कार, अस्सलाम वालेकुम। स्वागत है ਤੁਹਾਡਾ ਸਾਡੇ YouTube ਚੈਨਲ ਲੱਕੀ ਆਰਵੀ ਵਲੌਗ ਤੇ। ਮੈਂ ਹਾਂ ਲੱਕੀ, ਮੈਂ ਹਾਂ ਤੁਹਾਡਾ ਆਪਣਾ ਵਿਕਰਮਜੀਤ ਸਿੰਘ। ਦੋਸਤੋ ਹਾਜ਼ਰ ਹਾਂ ਤੁਹਾਡੇ ਸਾਹਮਣੇ ਫਿਰ ਇੱਕ ਨਵੀਂ ਰਿਐਕਸ਼ਨ ਵੀਡੀਓ ਦੇ ਨਾਲ। ਤੇ ਅੱਜ ਦੀ ਜੋ ਰਿਐਕਸ਼ਨ ਵੀਡੀਓ ਅਸੀਂ ਲੈ ਕੇ ਆਏ ਆ ਉਹ ਹੈ ਪੋਇਟਰੀ, ਪੰਜਾਬੀ ਪੋਇਟਰੀ ਬਾਈ ਆਰਿਫ ਹੁਸੈਨ ਬੁਖਾਰੀ ਸਾਹਿਬ ਜੀ ਦੀ। ਸੋ ਗਾਇਜ਼, ਅਸੀਂ ਪਹਿਲੇ ਵੀ ਇਹਨਾਂ ਦੀ ਕੀਤੀ ਸੀ, ਪੋਇਟਰੀ ਦੇ ਰਿਐਕਸ਼ਨ ਕੀਤਾ ਸੀ ਤੇ ਉਹ ਬਹੁਤ 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 ਵਧੀਆ ਸੀ ਤੇ ਤੁਸੀਂ ਵੀ ਉਹਨੂੰ ਬਹੁਤ ਪਿਆਰ ਦਿੱਤਾ ਸੀ। ਤੇ ਅੱਜ ਦੀ ਜੋ ਪੋਇਟਰੀ ਹੈ, ਜੋ ਪੋਇਮ ਹੈ, ਉਹਦਾ ਜੋ ਟਾਈਟਲ ਹੈ ਬੇਗਮ ਮੈਨੂੰ ਕਹਿ ਦਿੰਦੀ, ਹੁਣ ਕੀ ਕਹਿ ਦਿੰਦੀ ਇਹ ਨਹੀਂ ਪਤਾ, ਇਹ ਲੱਗੇਗਾ ਪਤਾ ਵੀਡੀਓ ਦੇਖ ਕੇ। ਹਾਂਜੀ, ਵੈਸੇ ਇਹਨਾਂ ਦੀ ਸਾਰੀ ਪੋਇਟਰੀਜ਼ ਜੋ ਹੁੰਦੀਆਂ ਨੇ ਕਿਸੇ ਨਾ ਕਿਸੇ ਪੁਆਇੰਟ ਨੂੰ ਡਿਨੋਟ ਕਰਦੀਆਂ ਨੇ ਤੇ ਮਤਲਬ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਹੀ ਆਉਂਦੀਆਂ ਨੇ। ਸੋ ਐਵੀ ਪੋਇਟਰੀ ਐਦਾਂ ਹੀ ਜਿਵੇਂ ਜਿਵੇਂ ਇਹਨਾਂ ਟਾਈਟਲ ਨਾ ਕਿ ਬੇਗਮ ਮੈਨੂੰ ਕਹਿ ਦਿੰਦੀ, ਸੋ ਆਈ ਥਿੰਕ ਇਹ ਵਾਈਫ ਉੱਤੇ ਹੋਏਗੀ ਕਿ ਵਾਈਫ ਸ਼ਾਇਦ ਆਈ ਥਿੰਕ ਨੋਕ ਜੋਂਕ ਮਾੜੀ ਮੋਟੀ ਛੋਟੀ ਬੋਟੀ ਥੋੜੀ ਬੋਤੀ ਪਿਆਰੀ ਪਿਆਰੀ। ਸੋ ਇੱਦਾਂ ਦੀ ਹੋ ਸਕਦੀ ਹੈ ਤੇ ਕਰਦੇ ਹਾਂ ਅਸੀਂ ਵੀਡੀਓ ਨੂੰ ਸਟਾਰਟ। ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗਾਇਜ਼, ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੁਸੀਂ ਨਵੇਂ ਹੋ ਸਾਡੇ ਚੈਨਲ ਤੇ, ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਕਿ ਸਾਡੇ ਵੀਡੀਓਜ਼ ਦੇ ਨੋਟੀਫਿਕੇਸ਼ਨਸ ਤੁਹਾਨੂੰ ਮਿਲਣ ਸਭ ਤੋਂ ਪਹਿਲੇ। ਤੇ ਮੇਕ ਸ਼ੋਰ ਤੁਸੀਂ ਵੀਡੀਓ ਨੂੰ ਜ਼ਰੂਰ ਦੇਖਿਓ ਪੂਰਾ ਐਂਡ ਤੱਕ, ਠੀਕ ਹੈ। ਸੋ ਗਾਇਜ਼, ਕਰਦੇ ਹਾਂ ਆਪਾਂ ਵੀਡੀਓ ਨੂੰ ਸਟਾਰਟ। ਖੇਡੋ .net ਔਰ ਸ਼ੋਰ ਪੱਗ ਛੱਡ ਗੱਲ ਬਾਤ ਵਾਲੇ ਆ। ਆਈ ਥਿੰਕ ਕਹਿ ਦੇ ਕੋ ਮੈਨੂੰ ਕਹਿ ਦਿੰਦੀ ਇਹਦੀ ਕਿਹੜੀ ਗੱਲ ਹੈ। ਕੋਈ ਗੱਲ ਔਰ ਸ਼ੋਰ ਪੱਗ ਛੱਡ ਗੱਲ ਬਾਤ ਵਾਲੇ ਆ, ਬੇਗਮ ਮੈਨੂੰ ਕਹਿ ਦਿੰਦੀ ਇਹਦੀ ਕਿਹੜੀ ਗੱਲ ਆ। ਅੱਛਾ ਜੀ, MPA MNA DCO ਵਜ਼ੀਰ ਸਾਹਿਬ ਬੇਗਮਾਂ ਦੇ ਥੱਲੇ ਲੱਗੇ ਮੌਲਵੀ ਤੇ ਪੀਰ ਸਾਹਿਬ ਬੇਗਮਾਂ ਦੇ ਥੱਲੇ ਲੱਗੇ ਮੌਲਵੀ ਤੇ ਪੀਰ ਸਾਹਿਬ ਬੇਗਮ ਦੀ ਬੜਕ ਤੋਂ ਸਾਰੇ ਜਾਂਦੇ ਚੱਲਿਆ। ਦਸ ਨੇ ਵੀ ਮੇਰੇ ਘਰ ਲਾਏ ਹੋਏ ਡੇਰੇ ਨੇ, ਸਾਲੀਆਂ ਦੇ ਹਫਤੇ ਚ 2 ਵਾਰੀ ਫੇਰੇ ਨੇ, ਸਾਲੇ ਮੇਰੇ ਆ ਕੇ ਸਾਰਾ ਖਾਈ ਜਾਂਦੇ ਫਾਲਿਆ। MPhil ਕੀਤਾ, ਡਬਲ ਮੈਥ ਕੋਈ ਮਖੌਲ ਆ, ਡਬਲ ਮੈਥ ਬੱਚਿਆਂ ਦੇ ਪੈਂਪਰਾਂ ਦੇ ਹਿਸਾਬ ਮੇਰੇ ਕੋਲ। MPhil ਕੀਤਾ, ਡਬਲ ਮੈਥ ਕੋਈ ਮਖੌਲ ਆ, ਬੱਚਿਆਂ ਦੇ ਪੈਂਪਰਾਂ ਦੇ ਹਿਸਾਬ ਮੇਰੇ ਕੋਲ ਆ। ਪਤਾ ਮੈਨੂੰ ਘਰ ਕਿੰਨੇ ਦਰੀਆਂ ਕੰਬਲ ਆ, ਲੱਗਦਾ ਦੋ ਵਿੱਚ ਗੋਲੀ ਜਾਣੀ ਚਾਹੀਦੀ। ਦੱਸੀ ਦਾ ਇਹ ਲੋਕਾਂ ਨੂੰ ਮੇਰੇ ਘਰ ਬੇਗਮ ਦੀ ਇੱਜ਼ਤ ਅਖੀਰ ਆ, ਦੱਸੀ ਦਾ ਲੋਕਾਂ ਨੂੰ ਬੇਗਮ ਮੇਰੀ ਪੀਰ ਆ। ਮੇਰੇ ਵੱਲੋਂ ਬੇਗਮ ਦੀ ਇੱਜ਼ਤ ਅਖੀਰ ਆ, ਦੱਸੀ ਦਾ ਲੋਕਾਂ ਨੂੰ ਬੇਗਮ ਮੇਰੀ ਪੀਰ ਆ, ਬੇਗਮ ਦੀ ਹਰ ਗੱਲ ਮੰਨੀ ਦੀ ਅਟਲ ਆ, ਬੇਗਮ ਮੈਨੂੰ ਕਹਿ ਦਿੰਦੀ। ਮੰਗਣੀ ਦਾ ਦਿਨ ਹੋਵੇ, ਸ਼ਾਦੀ ਉੱਤੇ ਜਾਣਾ ਹੋਵੇ, ਈਦ ਸ਼ਬਰਾਤ ਹੋਵੇ, ਲੀੜਾ ਲੱਤਾ ਪਾਣਾ ਮੰਗਣੀ ਦਾ ਦਿਨ ਹੋਵੇ, ਸ਼ਾਦੀ ਉੱਤੇ ਜਾਣਾ ਹੋਵੇ, ਈਦ ਸ਼ਬਰਾਤ ਹੋਵੇ, ਲੀੜਾ ਲੱਤਾ ਪਾਣਾ ਹੋਵੇ, ਬੱਚੇ ਜਦੋਂ ਆਖਦੇ ਨੇ ਉੱਠੇ ਅੱਬਾ ਚੱਲ ਆ, ਬੇਗਮ ਅੱਗੋਂ ਕਹਿ ਦਿੰਦੀ ਬੇਗਮ ਅੱਗੋਂ ਕਹਿ ਦਿੰਦੀ ਗੱਲ ਆ। ਤੇ ਡੇਰਾ ਡੰਡਾ ਗੱਡੀ ਛੱਡੀ ਗੰਨ ਮੈਨ ਬਾਲਿਆ, ਡੇਰੇ ਉੱਤੇ ਖਾਣ ਪੀਣ ਚੰਗਾ ਵੀ ਦਬਾਲਿਆ, ਹਰ ਇੱਕ ਮਸਲੇ ਦਾ ਮੇਰੇ ਕੋਲ ਹੱਲ ਆ। ਬੇਗਮ ਨੂੰ ਕਹਿ ਦਿੰਦੀ ਅਮਨ ਕਮੇਟੀ ਵਿੱਚ ਆਪਣਾ ਮੁਕਾਮ ਆ, ਮੇਰੇ ਦਾ ਸ਼ੇਰਾ ਗਾ ਅਮਨ ਕਮੇਟੀ ਵਿੱਚ ਆਪਣਾ ਮੁਕਾਮ ਆ, ਘਰ ਦੀ ਹਲਾਲ ਰੋਟੀ ਮੇਰੇ ਤੇ ਹਰਾਮ ਮੇਰੇ ਤੇ ਨਹੀਂ ਆਇਆ। ਯਾਰ ਬਣੀ ਬੈਠੇ ਵਿੱਚ ਆਪਣਾ ਮੁਕਾਮ ਆ,
ਘਰ ਦੀ ਹਲਾਲ ਰੋਟੀ ਮੇਰੇ ਤੇ ਹਰਾਮ ਆ ਆਖਦੇ ਨੇ ਸ਼ਹਿਰ ਵਿਚ ਮੇਰੀ ਬੜੀ ਗੱਲ ਬੇਗਮ ਮੈਨੂੰ ਕਹਿ ਦਿੰਦੀ ਸੋ ਗਾਈਸ ਇਹ ਸੀ ਵੀਡੀਓ ਪੰਜਾਬੀ ਫਨੀ ਪੋਇਟਰੀ ਬੇਗਮ ਮੈਨੂੰ ਕਹਿ ਦਿੰਦੀ ਇਹਦੀ ਕਿਹੜੀ ਗੱਲ ਆ ਸੋ ਗਾਈਸ ਇਹਨਾਂ ਦੀ ਪੋਇਟਰੀ ਬਹੁਤ ਹੀ ਫਨੀ ਤਰੀਕੇ ਨਾਲ ਹੁੰਦੀ ਹੈ ਔਰ ਆਪਸ ਵਿੱਚ ਮਾਹੌਲ ਵੈਸੇ ਇਹਨਾਂ ਦਾ ਵਧੀਆ ਬਣਿਆ ਹੋਇਆ ਯਾਰ ਮਿਲੀ ਜਦੋਂ ਇਕੱਠੇ ਹੋਣ ਫਿਰ ਤੇ ਐਵੇਂ ਦਾ ਮਾਹੌਲ ਬਣਦਾ ਹੀ ਹੈ ਮਹਿਫਿਲ ਤੇ ਸਜਦੀ ਹੈ ਫਿਰ ਜਦੋਂ ਨਾਲ ਨਾਲ ਇੱਕ ਦੂਜੇ ਦੇ ਫਿਰ ਡਿਨੋਟ ਵੀ ਹੋ ਜਾਂਦੇ ਨੇ 17 ਜਿਹੜੀਆਂ ਦੂਜੇ ਤੇ ਵਿਅੰਗ ਇਹਨੂੰ ਆਪਾਂ ਹਿੰਦੀ ਚ ਕਹਿੰਦੇ ਆ ਵਿਅੰਗ ਕਸਣਾ ਕਿਸੇ ਉੱਤੇ ਜਦੋਂ ਤੁਸੀਂ ਕਿਸੇ ਦੀ ਲੱਤ ਖਿੱਚਦੇ ਹੋ ਤੇ ਉਹਨੂੰ ਉਹ ਕਹਿੰਦੇ ਆ ਵਿਅੰਗ ਹਨਾ ਹਾਂਜੀ ਹਾਂਜੀ ਬਿਲਕੁਲ ਤੇ ਵੈਸੇ ਇੱਕ ਗੱਲ ਹੈਗੀ ਇਹਨਾਂ ਦੀ ਪੰਜਾਬੀ ਜਿਹੜੀ ਹੈਗੀ ਨਾ ਉਹ ਬੜੀ ਹੀ ਸ਼ਾਨਦਾਰ ਹੈ ਜਿਹੜੇ ਪਿਛੋਕੜ ਵਰਡ ਹੁੰਦੇ ਨਾ ਜੇ ਆਪਣੇ ਬਿਆਣੇ ਸੀ ਬਜ਼ੁਰਗਾਂ ਗੱਲਾਂ ਸੁਣਦੇ ਸੀ ਅੱਜ ਕੱਲ੍ਹ ਉਹ ਵਰਡਸ ਯੂਜ਼ ਨਹੀਂ ਹੁੰਦੇ ਲੇਕਿਨ ਅਸੀਂ ਆਪਣੇ ਦਾਦੀ ਨਾਨੀ ਕੋਲੋਂ ਏਦਾਂ ਦੇ ਵਰਡ ਸੁਣਦੇ ਸੀ ਜਿਵੇਂ ਬੋਲੇ ਲੱਤੇ ਲੀੜੇ ਪਾਏ ਹੋਏ ਨੇ ਨਾ ਵਿਆਹ ਵਾਸਤੇ ਜਾਣ ਦਾ ਦਿਨੇ ਆ ਹਨਾ ਤੇ ਉਹਨਾਂ ਨੇ ਕਾਫੀ ਮਤਲਬ ਕਾਫੀ ਵਰਡਸ ਏਦਾਂ ਦੇ ਉਹਨਾਂ ਨੇ ਬੋਲੇ ਕਿਉਂਕਿ ਇੱਕ ਵਾਰੀ ਸੁਣ ਕੇ ਯਾਦ ਰੱਖਣਾ ਮੁਸ਼ਕਿਲ ਹੁੰਦਾ ਬਟ ਐਵੇਂ ਦੇ ਕਾਫੀ ਵਰਡ ਹੁੰਦੇ ਨੇ ਜਿਹੜੇ ਇਹਨਾਂ ਨੇ ਮਤਲਬ ਪਿਓਰ ਪਾਕਿਸਤਾਨੀ ਹੈਗੇ ਨੇ ਤੇ ਜਿਵੇਂ ਸਾਡੀ ਨਾਨੀ ਜੀ ਸੀ ਹਨਾ ਜਾਂ ਦਾਦੀ ਜੀ ਜੋ ਵੀ ਨੇ ਤੇ ਉਹ ਵੀ ਪਾਕਿਸਤਾਨ ਤੋਂ ਆਏ ਸੀ ਤੇ ਉਹਨਾਂ ਦੇ ਵਰਡ ਵੀ ਐਵੇਂ ਦੇ ਹੀ ਹੁੰਦੇ ਨੇ ਹਨਾ ਤੇ ਇੱਕ ਗੱਲ ਇਹਨਾਂ ਦੀ ਜਿਹੜੀ ਡਰੈਸਿੰਗ ਸੈਂਸ ਹੈ ਨਾ ਉਹ ਡਰੈਸਿੰਗ ਸੈਂਸ ਬੜੀ ਸ਼ਾਨਦਾਰ ਹੈ ਸਟੇਜ ਸ਼ੋ ਕਰਨ ਹੁਣ ਮੈਨੂੰ ਲੱਗਦਾ ਹੈ ਉਹ ਘਰ ਹੀ ਬੈਠੇ ਹੋਏ ਸਨ ਮਹਿਫਿਲ ਸੱਜੀ ਹੋਈ ਸੀ ਦੋਸਤਾਂ ਬੇਲੀਆਂ ਨਾਲ ਘਰ ਹੀ ਤੇ ਲੇਕਿਨ ਜਦੋਂ ਅਸੀਂ ਇਹਨਾਂ ਦੀ ਵੀਡੀਓ ਇੱਕ ਹੋਰ ਕੀਤੀ ਸੀ ਉਦੋਂ ਇਹ ਸ਼ੋ ਕਰ ਰਹੇ ਸੀ ਉਹਦੇ ਵਿੱਚ ਵੀ ਇਹਨਾਂ ਦੀ ਡਰੈਸਿੰਗ ਸੈਂਸ ਜੋ ਸੀ ਨਾ ਇੱਦਾਂ ਹੀ ਉਹ ਪੱਗ ਬੰਨੀ ਸੀ ਤੁਰਲੇ ਵਾਲੀ ਪੰਨਾ ਜਿਹਨੂੰ ਕਹਿੰਦੇ ਹੋ ਤੁਸੀਂ ਤੇ ਆਪਣਾ ਕੁੜਤਾ ਪਜਾਮਾ ਕੋਟ ਪਰ ਅੱਛੇ ਤਰੀਕੇ ਨਾਲ ਮਤਲਬ ਇੱਦਾਂ ਹੀ ਬਣ ਕੇ ਰਹਿੰਦੇ ਨੇ ਯੂਆ ਨਾ ਸੋ ਇਹਨਾਂ ਦੀ ਡਰੈਸਿੰਗ ਸੈਂਸ ਸਾਨੂੰ ਬਹੁਤ ਵਧੀਆ ਲੱਗਦੀ ਹੈ ਬੜੇ ਹੀ ਨੇਕ ਇਨਸਾਨ ਲੱਗਦੇ ਨੇ ਮੈਨੂੰ ਹਨਾ ਇਹ ਹਾਲਾਂਕਿ ਆਪਾਂ ਕੁਛ ਕਹਿ ਨਹੀਂ ਸਕਦੇ ਬਟ ਜਿਵੇਂ ਦੀ ਇਹਨਾਂ ਦੀ ਪੋਇਟਰੀ ਐਕਚੁਅਲੀ ਨਾ ਪੋਇਟਰੀ ਤੋਂ ਕੁਛ ਤੁਹਾਨੂੰ ਆਈਡੀਆ ਹੋ ਜਾਂਦਾ ਕਿ ਬੰਦੇ ਦਾ ਨੇਚਰ ਕਿਵੇਂ ਦਾ ਹੋਏਗਾ ਹਾਂਜੀ ਹਾਂਜੀ ਗਾਇਸ ਬਿਲਕੁਲ ਤੇ ਅਸੀਂ ਇਹਨਾਂ ਦੀ ਪਹਿਲੇ ਵੀ ਇੱਕ ਪੋਇਟਰੀ ਕੀਤੀ ਸੀ ਤੇ ਉਹਨਾਂ ਦੇ ਸਾਨੂੰ ਕਮੈਂਟ ਵੀ ਇਹਨਾਂ ਦਾ ਆਇਆ ਸੀ ਸਹੀ ਗੱਲ ਹੈ ਇਹ ਗੱਲ ਮੈਂ ਭੁੱਲ ਗਿਆ ਸੀ ਸਾਨੂੰ ਯਾਦ ਆ ਗਿਆ ਇਹਨਾਂ ਦਾ ਕਮੈਂਟ ਵੀ ਆਇਆ ਸੀ ਕਿ ਹਾਂ ਸਹੀ ਗੱਲ ਹੈ ਬਿਲਕੁਲ 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 ਸਹੀ ਗੱਲ ਕਹੀ ਹੈ ਮਾਣ ਵਾਲੀ ਗੱਲ ਹੁੰਦੀ ਕਿ ਅਸੀਂ ਜਿਨ੍ਹਾਂ ਦੀ ਪੋਇਟਰੀ ਕਰ ਰਹੇ ਹਾਂ ਉਹ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਈਵਨ ਉਦੋਂ ਇਹਨਾਂ ਨੇ ਆਪਣਾ ਨੰਬਰ ਦਿੱਤਾ ਸੀ ਆਪਣਾ ਨੰਬਰ ਵੀ ਕਮੈਂਟ ਸੈਕਸ਼ਨ ਵਿੱਚ ਛੱਡਿਆ ਸੀ ਤੇ ਆਪਾਂ ਟਰਾਈ ਕੀਤੀ ਸੀ ਕਾਲ ਕਰਨ ਦੀ ਬਟ ਕਾਲ ਸ਼ਾ ਲੱਗੀ ਨਹੀਂ ਸੀ ਐਵੇਂ ਕੁਝ ਸੀਨ ਸੀ ਤੇ ਬੜਾ ਵਧੀਆ ਕੰਮ ਕਰਦੇ ਪਏ ਨੇ ਆਪਣੇ ਕੌਮ ਵਾਸਤੇ ਤੇ ਪੰਜਾਬੀ ਕੌਮ ਵਾਸਤੇ ਨਾ ਪੰਜਾਬੀ ਨਹੀਂ ਮਾਂ ਬੋਲੀ ਵਾਸਤੇ ਤੇ ਗਾਇਜ਼ ਇੱਕ ਗੱਲ ਹੋਰ ਕਹਿਣਾ ਚਾਹਾਂਗੇ ਅਸੀਂ 2 ਦਿਨ ਤੋਂ ਵੀਡੀਓ ਨਹੀਂ ਸੀ ਕਰ ਰਹੇ ਸੋ ਕਿਉਂਕਿ ਸਾਡਾ ਟ੍ਰਿਪ ਸੀ ਟ੍ਰਿਪ ਤੇ 1 ਡੇ ਸਾ ਦੀ ਲੇਕਿਨ ਥਕਾਵਟ ਬਹੁਤ ਹੋ ਗਈ ਸੀ ਇਸ ਕਰਕੇ ਅਸੀਂ ਨਹੀਂ ਕਰ ਪਏ ਲੇਕਿਨ ਅਸੀਂ ਉਹ ਟ੍ਰਿਪ ਦਾ ਵਲੌਗ ਬਣਾਇਆ ਹੈ ਵਲੌਗ ਪਾਇਆ ਪਾਰਟ 1 ਪਾ ਦਿੱਤਾ ਪਾਰਟ 2 ਤੇ ਪਾਰਟ 3 ਤੁਹਾਨੂੰ 1-2 ਦਿਨ ਤੱਕ ਮਿਲ ਜਾਏਗਾ ਕਿਉਂਕਿ ਉਹਦੇ ਉੱਤੇ ਐਡੀਟਿੰਗ ਚੱਲਦੀ ਪਈ ਹੈ ਕੰਮ ਚੱਲਦਾ ਪਿਆ ਉਹਦੇ ਵਿੱਚ ਅਸੀਂ ਗਏ ਸੀ ਗੁਰਦੁਆਰਾ ਸਾਹਿਬ ਪੌਂਟਾ ਸਾਹਿਬ ਤੇ ਦਰਸ਼ਨ ਦੀਦਾਰੇ ਤੁਹਾਨੂੰ ਵੀ ਕਰਵਾਏ ਨੇ ਅਸੀਂ ਖੁਦ ਵੀ ਕੀਤੇ ਨੇ ਤੁਸੀਂ ਉਹਨੂੰ ਵੀ ਆਪਣਾ ਬਹੁਤ ਪਿਆਰ ਦਿਓ ਉਸ ਵੀਡੀਓ ਨੂੰ ਵੀ ਵੀਡੀਓ ਨੂੰ ਰੈਪ ਕਰਦੇ ਹਾਂ ਤੇ ਮਿਲਦੇ ਹਾਂ ਇੱਕ ਅਗਲੀ ਨਵੀਂ ਵੀਡੀਓ ਚ ਟਿਲ ਦੈਨ ਕੋਈ ਫਰਮਾਇਸ਼ ਹੈ ਤੇ ਸਾਨੂੰ ਕਰੋ ਇੰਸਟਾਗ੍ਰਾਮ ਤੇ ਡੀਐਮ ਤੇ ਫੋਲੋ ਵੀ ਜ਼ਰੂਰ ਕਰੋ ਮਿਲਦੇ ਹਾਂ ਇੱਕ ਤੁਹਾਨੂੰ ਨਵੀਂ ਰਿਐਕਸ਼ਨ ਵੀਡੀਓ ਦੇ ਨਾਲ ਟਿਲ ਦੈਨ ਬਾਏ ਟੇਕ ਕੇਅਰ ਰੱਬ ਰੱਖਾ